ਪੰਜਾਬੀ ਇਕਤਜਾਂ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਪੰਜਾਬ ਕੈਬਨਿਟ ਦੀ ਇਹ ਮੀਟਿੰਗ 2 ਮਈ 2022 ਨੂੰ ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਬੇਸ਼ੱਕ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਦੱਸਿਆ ਜਾਵੇਗਾ, ਪਰ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮੀਟਿੰਗ ਵਿੱਚ ਵੱਡੇ ਐਲਾਨ ਹੋਣ ਦੀ ਉਮੀਦ ਹੈ। ਇਸ ਕੈਬਨਿਟ ਦੀ ਬੈਠਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਲੈ ਕੇ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਹਨ ਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਵਿੱਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਇੱਥੇ ਇਹ ਵੀ ਦੱਸਣ ਨੂੰ ਹੈ ਕਿ ਸਰਕਾਰ ਮੁਫ਼ਤ ਬਿਜਲੀ ਦਾ ਵਾਅਦਾ ਪਹਿਲਾਂ ਹੀ ਪੂਰਾ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਅਗਲੀ ਮੀਟਿੰਗ ਵਿੱਚ ਕੀ ਫੈਸਲਾ ਲੈਂਦੀ ਹੈ ਇਹ ਤਾਂ 2 ਮਈ ਨੂੰ ਹੀ ਪਤਾ ਲੱਗੇਗਾ, ਪਰ ਕਿਹਾ ਜਾ ਰਿਹਾ ਹੈ ਕਿ ਇਹ ਮੀਟਿੰਗ ਕਾਫ਼ੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ। ਬਾਦਲ ਪਰਿਵਾਰ ਦੀ ਇੰਡੋ ਕੈਨੇਡੀਅਨ ਟਰਾਂਸਪੋਰਟ ਨੂੰ ਵੱਡਾ ਝਟਕਾ ਲੱਗਾ ਹੈ। ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਜਾਣਗੀਆਂ। ਹੁਣ ਤੱਕ ਸਿਰਫ ਇੰਡੋ ਕੈਨੇਡੀਅਨ ਬੱਸਾਂ ਹੀ ਦਿੱਲੀ ਜਾਂਦੀਆਂ ਸਨ। ਹੁਣ ਪੰਜਾਬ ਅਤੇ ਦਿੱਲੀ ਦੇ ਟਰਾਂਸਪੋਰਟ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਇਸ ਸੰਬੰਧੀ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ 'ਤੇ ਪਹੁੰਚ ਕੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਕੇਜਰੀਵਾਲ ਦਾ ਸੰਤਰੀ ਬਣ ਚੁੱਕਿਆ ਹੈ, ਕਿਉਂਕਿ ਉਸ ਵੱਲੋਂ ਪੰਜਾਬ 'ਚ ਕੁਝ ਵੀ ਲਾਗੂ ਕਰਨ ਤੋਂ ਪਹਿਲਾਂ ਦਿੱਲੀ ਦੀ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਬਿਜਲੀ ਦੀਆਂ 600 ਯੂਨਿਟ ਮੁਫ਼ਤ ਦੇਣ ਦੇ ਐਲਾਨ 'ਤੇ ਸਿੱਧੂ ਨੇ ਕਿਹਾ ਕਿ ਜੇਕਰ ਲੋਕਾਂ ਦੇ ਦਬਾਅ ਕਾਰਨ ਬਿਜਲੀ ਮੁਫ਼ਤ ਕੀਤੀ ਹੈ ਤਾਂ ਕਈ ਕਈ ਲੰਬੇ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹਨਾਂ ਨੇ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਬਿਨਾਂ ਕੋਈ ਨੋਟੀਫਿਕੇਸ਼ਨ ਕੀਤਿਆਂ ਹੀ ਭਗਵੰਤ ਮਾਨ ਦੇ ਹਰੇ ਪੈਨ ਦੀ ਸ਼ਾਹੀ ਕਿਉਂ ਮੁੱਕ ਗਈ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਆਪਣੀ ਜ਼ਮੀਰ ਵੇਚ ਦਿੰਦਾ ਹੈ ਉਸਦੀ ਤਾਕਤ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਭਗਤ ਸਿੰਘ ਨੇ ਪੀਲੀ ਪੱਗ ਬੰਨ ਕੇ ਦੇਸ਼ ਲਈ ਜਾਨ ਵਾਰ ਦਿੱਤੀ ਸੀ ਅਤੇ ਭਗਵੰਤ ਮਾਨ ਨੇ ਪੰਜਾਬ ਦਿੱਲੀ ਕੋਲ ਗਿਰਵੀ ਰੱਖ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ ਤੇ ਲੋਕਾਂ ਦੇ ਹਿੱਤਾਂ ਲਈ ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ। ਬਿਜਲੀ ਬਿੱਲਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਪਾਵਰਕੌਮ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਖਪਤਕਾਰ ਦਾ ਬਿਜਲੀ ਦਾ ਬਿੱਲ ਬਕਾਇਆ ਹੈ ਤਾਂ ਉਸਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 3 ਮਈ 2022 ਤੱਕ ਬਕਾਇਆ ਬਿੱਲ ਰਕਮ ਸਬ ਡਿਵੀਜ਼ਨ ਚੀਮਾ ਵਿਖੇ ਜਮ੍ਹਾਂ ਕਰਵਾਈ ਜਾਵੇ ਤਾਂ ਨਾਲ ਹੀ ਲੋਡ ਵੱਧ ਕਰਵਾ ਲਿਆ ਜਾਵੇ। ਜੇਕਰ ਕਿਸੇ ਵੀ ਖਪਤਕਾਰ ਚੈਕਿੰਗ ਦੌਰਾਨ ਲੋਡ ਘੱਟ ਪਾਇਆ ਜਾਂਦਾ ਹੈ ਤਾਂ ਜੁਰਮਾਨਾ ਕੀਤਾ ਜਾਵੇਗਾ ਤੇ ਬਕਾਇਆ ਰਕਮ ਨਾ ਭਰਨ ਤੇ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਦੱਸ ਦੇ ਕਿ ਚੰਨੀ ਸਰਕਾਰ ਵੱਲੋਂ ਪਹਿਲਾਂ ਹੀ ਬਿਜਲੀ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਆਪ ਸਰਕਾਰ ਦੇ ਆਉਂਦਿਆਂ ਹੀ ਪਾਵਰਕੌਮ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਬਕਾਇਆ ਨਾ ਭਰਨ ਤੇ ਉਹਨਾਂ ਦਾ ਬਿਜਲੀ। ਪੀਲੀ ਪੱਗ ਦਾ ਮਤਲਬ ਇਹ ਹੈ ਕਿ ਸ਼ਹੀਦ ਆਜ਼ਮ ਸਿੰਘ ਭਗਤ ਸਿੰਘ ਨੇ ਉਹ ਰੰਗ ਬੰਨਿਆ ਜਿਹਨੇ ਸਰਵਸਵ ਨਿਛਾਵਰ ਕਰਤਾ ਦੇਸ਼ ਨੂੰ, ਜਾਨ ਵਾਰਤੀ ਦੇਸ਼ ਦੇ ਉੱਤੇ, ਤੇ ਤੂੰ ਮਿੱਤਰਾ ਪੀਲੀ ਪੱਗ ਬੰਨ ਕੇ ਗੁਲਾਮ ਬਣਾਇਆ ਪੰਜਾਬ ਨੂੰ, ਤੂੰ ਗਿਰਵੀ ਧਰਤਾ ਪੰਜਾਬ, ਤੇਰੇ ਨਾਲ ਕੀ ਗੱਲ ਕਰੀਏ, ਤੇਰੇ ਨਾਲ ਕੀ ਗੱਲ ਕਰੀਏ। ਮੈਂ ਇਹ ਠੋਕ ਕੇ ਕਹਿਣਾ ਚਾਹੁੰਦਾ ਔਰ ਬਲਬੂਤੇ ਦੇ ਉੱਤੇ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੀ ਪੁਲਿਸ ਅੱਜ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟ ਨੇ, ਰਾਈਟ ਟੂ ਸਪੀਚ, ਤੁਸੀਂ ਆਪਦੇ ਸੁਪਰੀਮੋ ਦੇ ਖਿਲਾਫ ਸੱਚ ਦੀ ਆਵਾਜ਼ ਦੱਬਣ ਦੇ ਲਈ ਤੁਸੀਂ ਧੀਆਂ ਭੈਣਾਂ 'ਤੇ ਕੇਸ ਬਣਾਤੇ। ਉਹ 50 ਬੰਦੇ ਮਰ ਗਏ, ਪੁਲਿਸ 'ਤੇ ਉੱਥੇ ਹੋਣੀ ਚਾਹੀਦੀ ਸੀ। ਤੇ ਮਹਾਰਾਜ ਇੱਕ ਯੂਨੀਅਨ ਟੈਰੇਟਰੀ ਦੇ ਨਾਲ ਤੁਸੀਂ ਐਗਰੀਮੈਂਟਾਂ ਸਾਈਨ ਕਰਕੇ ਤੁਸੀਂ ਪੰਜਾਬ ਗਿਰਵੀ ਧਰਤਾ। ਕਦੇ ਸੋਚ ਸਕਦੇ ਹੋ ਕਿ ਚੰਡੀਗੜ੍ਹ ਦਾ ਹਰਿਆਣੇ ਦੇ ਨਾਲ ਸਮਝੌਤਾ ਹੋਵੇ? ਮੈਂ ਨਵਜੋਤ ਸਿੰਘ ਸਿੱਧੂ ਇਹ ਠੋਕ ਕੇ ਕਹਿ ਰਿਹਾ ਕਿ ਤੂੰ ਅੱਜ ਅੰਨਾ ਬਣ ਗਿਆ, ਅੰਨਾ ਭਗਵੰਤ ਮਾਨ, ਔਰ ਅੰਨਾ ਬਣ ਕੇ ਤੂੰ ਕਹਿ ਰਿਹਾ ਵੀ ਆਓ ਦਿੱਲੀ ਵਾਲਿਓ, ਮਾਂਝ ਦਿਓ ਸਾਰਾ ਪੰਜਾਬ, ਲੁੱਟ ਲਓ ਸਾਰਾ ਪੰਜਾਬ, ਤੇ ਲੁੱਟ ਕੇ ਸਾਰਾ ਪੰਜਾਬ ਗਾਂਹ ਨੂੰ ਲੰਘੋ। ਉਹ ਮਿੱਤਰਾ, ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ, ਤੇਰੀਆਂ ਵੀ ਜ਼ਮਾਨਤਾਂ ਜ਼ਬਤ ਹੋਈਆਂ ਨੇ, ਸੜਕਾਂ 'ਤੇ ਧੱਕੇ ਖਾਂਦਾ ਫਿਰਦਾ ਰਿਹਾ ਤੂੰ, ਸਮਝਣਾ। ਅੱਜ ਤੈਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦੇ ਲੋਕਾਂ ਨੇ, ਤੂੰ ਬਣ ਗਿਆ ਦਿੱਲੀ ਦੇ ਮੁੱਖ ਮੰਤਰੀ ਦਾ ਸੰਤਰੀ, ਮੈਂ ਕਹਿੰਦਾ ਸੰਤਰੀ ਬਣ ਗਿਆ ਤੂੰ, ਫਿਰ ਵੀ ਰੱਖਤਾ ਪੰਜਾਬ। ਮੈਂ ਕੋਈ ਮੁੱਖ ਮੰਤਰੀ ਅੱਜ ਤੱਕ 1 ਮਹੀਨੇ 'ਚ ਅਰਸ਼ ਤੋਂ ਫਰਸ਼ 'ਤੇ ਆਉਂਦਾ ਨਹੀਂ ਦੇਖਿਆ। ਲੋਕਾਂ 'ਚ ਖੜ ਕੇ ਵਿਖਾ ਮਿੱਤਰਾ, ਬਿਜਲੀ ਦਿਆਂਗੇ ਸਾਰਿਆਂ ਨੂੰ, ਦੇ ਦਿੱਤੀ
जल्द ही दिल्ली इंटरनेशनल एयरपोर्ट उत्ते जा सकणगे। यह जानकारी ट्रांसपोर्ट मंत्री पंजाब लालजीत सिंह भुल्लर ने दी है। पंजाब के ट्रांसपोर्ट सकत्र ने भी दिल्ली अंतरराष्ट्रीय हवाई अड्डे के अधिकारियों नाल मीटिंग की है। दिल्ली दौरे दौरान इस मुद्दे से दिल्ली के मुख्यमंत्री अरविंद केजरीवाल और पंजाब के मुख्यमंत्री भगवंत मान विचकार गलबात हुई सी, जिस तों बाद अधिकारियों के पद्धर से मीटिंग हुई है। इस तों बाद ट्रांसपोर्ट मंत्री ने कहा कि पंजाब दीआं बसां जल्द ही दिल्ली इंटरनेशनल एयरपोर्ट उत्ते जा सकणगीआं। दस दे कि पिछली कांग्रेस सरकार वेले यह मुद्दा काफ़ी भखिया सी। उस वेले दे ट्रांसपोर्ट मंत्री अमरिंदर सिंह राजावड़िंग ने कई बार अरविंद केजरीवाल कोल पहुँच करन दी कोशिश की सी, पर इस पासे कोई भी गल सिरे नहीं लग सकी सी। हुण पंजाब ते दिल्ली विच आम आदमी पार्टी दी सरकार है, इसलिए छेती ही मसला हल होण दी उम्मीद है। इस वेले दिल्ली एयरपोर्ट तक निजी बसां चलदीआं हन। कांग्रेस दी अनुशासनी कमेटी ने पंजाब कांग्रेस दे सीनियर आगू ते साबका प्रधान सुनील कुमार जाखड़ नूं पार्टी विचों 2 साल लई सस्पेंड करन दी सिफारिश कीती है। हालांकि जाखड़ ते आखरी फैसला कांग्रेस हाईकमान ने लैना है, पर अनुशासनी कमेटी ने हाईकमान नूं सिफारिश कीती है कि जिस तरह जाखड़ ने पार्टी के खिलाफ जाके ना सिर्फ बयानबाजी की सगों अनुशासन नूं भी भंग किया है, लिहाजा उन्होंने 2 साल लई पार्टी चो सस्पेंड किया जाना चाहिए है। इत्थे इह वी दसण नूं है कि कांग्रेस प्रधान सोनिया गांधी वालों यह अनुशासनी कमेटी बनाई गई सी, जिस तों बाद कमेटी वालों जाखड़ तो जवाब मंगया गया सी, पर जाखड़ ने इस ते कोई जवाब नहीं दिता सी। हुण जदों कमेटी ने पार्टी हाईकमान नूं जाखड़ ते कार्रवाई करन दी सिफारिश कर दिती है, तां इस ते आखिरी फैसला सोनिया गांधी वालों ही लिया जाना है। पंजाब कांग्रेस दे साबका प्रधान सुनील जाखड़ ने अनुशासनी कमेटी वालों ले जाण वाले फैसले तो पहला ही टिप्पणी की सी। जाखड़ ने अपने शायराना अंदाज विच आख्या सी कि आज सिर कलम होंगे उनके जिनमें अभी जमीर बाकी है। जाखड़ दे इस ट्वीट नूं कांग्रेस दी अनुशासनी कमेटी वल्लों उन्हां खिलाफ लए जाण वाले सख्त फैसले नाल जोड़ के देखा जा रहा है। दरअसल जाखड़ नूं पहला ही इलम हो गया सी कि अनुशासनी कमेटी वल्लों ऐलानवंत तेरा नाम रखता ऐलानवंत तेरा नाम है, डी फैक्टो मुख्यमंत्री उत्थे है, उह चलाऊ। जे थोनू सरकार चलानी नहीं सी आउंदी, 92 थोनू MLA बना के दिते, थोनू सरकार चलानी नहीं सी आउंदी, ते फिर आ दिन कानू दिखाउणा सी पंजाब नू। यू हैव मॉर्टगेज्ड पंजाब, सब सर्वियंट स्टेट बनाता पंजाब तू, और एक लसंस देता पंजाब नू लुटण दा। अज तुहाडी पुलिस कुमार विश्वास जी होण, ਭਾਵੇਂ ਹੁਣ ਉੱਥੇ ਦਿੱਲੀ ਦੇ ਸਕੋਰ ਇੱਥੇ ਪੰਜਾਬ ਪੁਲਿਸ ਤੋਂ ਸੈਟਲ ਕਰਵਾ ਰਹੀ ਹੈ, ਪੁਲਿਸ ਦੀ ਪੋਲੀਟਿਸਾਈਜ਼ੇਸ਼ਨ ਕਰਾ ਰਹੀ ਹੈ, ਏਜੰਸੀਆਂ ਨੂੰ ਆਪਣੇ ਸਵਾਰਥ ਦੇ ਲਈ ਬਦਲ ਰਹੀ ਹੈ। ਇਸ ਕਰਕੇ ਭਗਵੰਤ ਮਾਨਾ, ਜਿਸ ਬੰਦੇ ਨੇ ਆਪਣੀ ਜ਼ਮੀਰ ਗਿਰਵੀ ਰੱਖਤੀ ਹੋਵੇ, ਉਹਦੇ ਕੋਲ ਕੋਈ ਵੀ ਤਾਕਤ ਹੋਵੇ, ਕੋਈ ਮਹਿਣੇ ਨਹੀਂ ਰੱਖਦੀ, ਕੋਈ ਮਹਿਣੇ ਨਹੀਂ ਰੱਖਦੀ ਜਿਹੜੀ ਤਾਕਤ ਹੈ ਤੇਰੇ ਕੋਲ। ਭਗਤ ਸਿੰਘ ਆਜ਼ਾਦੀ ਲਈ ਲੜਿਆ, ਭਗਤ ਸਿੰਘ ਪੀਲੀ ਪੱਗ ਬੰਨ ਕੇ ਜਾਨ ਵਾਰ ਗਿਆ ਆਜ਼ਾਦੀ ਲਈ, ਤੂੰ ਗੁਲਾਮੀ ਲਈ ਝੁੱਕ ਗਿਆ। ਵੀ ਸਾਡੀ ਤਾਂ ਮੁੱਖ ਮੰਤਰੀ ਅਸੀਂ ਤਾਂ ਬਣ ਗਏ, ਹਾਂਜੀ, ਤੇ ਤੁਸੀਂ ਮਾਂਜਦੇ ਹੋ ਪੰਜਾਬ, ਹੈਂ। ਇਹ ਤੂੰ ਲੈਜੀਟੀਮਾਈਜ਼ ਕਰਤਾ ਕੇਜਰੀਵਾਲ ਦੀ ਤਾਕਤ ਨੂੰ ਇਸ ਸਮਝੌਤੇ ਨੇ। ਤੈਨੂੰ ਤੇਰੀਆਂ ਨਜ਼ਰਾਂ 'ਚ ਸਿੱਟ ਦੇਣਾ। There is no suffering that pity will not insult. You are in a pitiable situation. Tere na ki gal kariye, tere hath palle hi kakh nahi. Tu ta rabad da gudda hai, chabi de ke chhadya hoya. Jadon chabi muk jandi hai, is parche da pur zor Congress virodh kardi hai. Eh parcha niji swarthan di poorti de layi hai. Eh parcha aap supremo de khilaf ਸੱਚ ਦੀ ਆਵਾਜ਼ ਨੂੰ ਦੱਬਣ ਦੇ ਲਈ ਹੈ। ਇਹ ਪਰਚਾ ਸੱਚ ਦੀ ਬੁਲੰਦ ਆਵਾਜ਼ ਨੂੰ ਦੱਬਣ ਦੇ ਵਾਸਤੇ ਹੈ। ਉਬਲਤੇ ਦੂਧ ਕਾ ਉਬਾਲਾ ਰੋਕਣੇ ਵਾਲੋ, ਸੱਚਾਈ ਕੋ ਬੁਲੰਦੇ ਝੂਠ ਮੇ ਝੋਂਕਣੇ ਵਾਲੋ, ਮੈਂ ਸੂਰਜ ਹੂੰ, ਅੰਧੇਰਾ ਚੀਰ ਕੇ ਹਰ ਰੋਜ਼ ਨਿਕਲੂੰਗਾ, ਮੁਝੇ ਕਿਆ ਰੋਕ ਪਾਓਗੇ ਉਜਾਲਾ ਰੋਕਣੇ ਵਾਲੋ। ਸੱਚ ਚਮਕੂਗਾ, ਸੱਚ ਪ੍ਰਤਾੜਿਤ ਹੋ ਜਾਂਦਾ, ਪਰਾਜਿਤ ਨਹੀਂ ਹੁੰਦਾ। ਇਹ ਅਹੰਕਾਰ ਹੈ ਨਾ ਜਿਹੜਾ, ਫਿਰ ਅੱਜ ਭਗਵੰਤ ਮੁੱਦੇ ਨਹੀਂ ਹੈ, ਬਿਜਲੀ ਕਿਉਂ ਨਹੀਂ ਦਿੱਤੀ ਗਈ ਤੇ ਤੋਂ, ਕਿਉਂਕਿ ਪੱਲੇ ਦੀ ਧੇਲਾ ਕਰਦੀ ਮੇਲਾ, ਤੁਹਾਡੇ ਕੋਲ ਪੈਸੇ ਹੀ ਹੈ ਨਹੀਂ, ਤੇ ਪੈਸੇ ਕਿੱਥੋਂ ਆਉਣੇ ਆ? ਪੈਸੇ ਆਉਣੇ ਆ ਸ਼ਰਾਬ ਨੀਤੀ ਤੋਂ, ਪੈਸੇ ਆਉਣੇ ਆ ਰੇਤ ਨੀਤੀ ਤੋਂ, ਪੈਸੇ ਆਉਣੇ ਆ ਕਬਜ਼ੇ ਛੁਡਾਉਣ ਤੋਂ। ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ ਜੇ ਕਬਜ਼ੇ ਨਜਾਇਜ਼ ਕੀਤੇ, ਦੇ ਅੰਦਰ ਤੇਰੇ ਨਾਲ ਖੜਾਂਗੇ।
कर पैसे का प्रबंध। लोग अज ठगे महसूस करते हैं, तू क्या 36,000 इंपलॉई पक्के कर देंगे, हो गए दिखा नोटिफिकेशन कितने, तू क्या 1 महीने के 25,000 बंदे जोड़े असं इंपलॉयमेंट दे रहे हैं वह नोटिफिकेशन होजू, दिखा कितने नोटिफिकेशन है। कांग्रेस अज भी अलका लांबा जी ने खड़ी है, कल भी खड़ी रहूगी। मेरी मेरी एक गल सुनो, 6 जून नहीं हों करके वेखो पता लगू। मैं क्या जदों हो उदों करांगे ना, जे मेरी चाची दे मुछां हुंदियां चाचा ना कहिंदा मित्रा। देखो कह तू दस भगवंत, तेरे सुप्रीमो ने कहा नहीं सी 24 घंटे च इंसाफ हो सकता बरगाड़ी का, फिर सुता क्यों पिया कोर्ट जे पा के फलू जड़ाइया ने, निकल ओए बदल गया तू है, तू लोगों च खड़। मैं ना तेनू तेनू आप नू ही नहीं समझ तू कर की रहा। केजरीवाल ने कहा कि जी अप्रैल तो कोई किसान खुदकुशी नहीं करूंगा। दस फिर हूँ 20-25 किसानों ने केड़ी करी नीति, 4 खेत ने उदे उठे। मैं इन्ना कहना चाहना कि भगवंत मान, इन्ना कहना चाहना थोड़े पले नहीं ढेला करती मेला मेला, पले फुटी कौड़ी नहीं नाम करोड़ी मल। तो मैं अज ठोक के कह रहा कि जिहड़ी अनाउंसमेंटा तुसीं कीतियां सी ओह पूरियां क्यों नहीं हैगियां। लेकिन एक बड़ी सिंपल जी गल मैं कह रहा कि एक समृद्ध इंडिपेंडेंट राज है पंजाब, एक सॉलिड स्टेट है, तू यूनियन टेरिटरी दे गुलाम बनाया। देखो मैं किसे उन्हां गल्लां च नहीं जा रहा, मैनू इन्ना पता है जिहड़ा सच ते खड़ा प्रताड़ित हो सकता पराजित नहीं होता। ਬਰਗਾੜੀ ਦਾ ਇਨਸਾਫ ਨਹੀਂ ਕਰਨਾ, ਫਿਰ ਕਹਿੰਦਾ ਵੀ 1 ਅਪ੍ਰੈਲ ਤੋਂ ਉਹ ਨਹੀਂ ਹੋਊਗਾ, ਫਿਰ ਕਹਿੰਦਾ ਵੀ ਪਹਿਲੀ ਹਰੀ ਕਿੱਥੇ ਆ ਤੇਰੀ ਹਰੀ ਸਿਆਹੀ, ਤੂੰ ਤਾਂ ਲੇਟ ਗਿਆ ਜਾ ਕੇ ਉੱਥੇ ਦਿੱਲੀ, ਕੋਈ ਚੀਫ ਮਿਨਿਸਟਰ ਇਸ ਤਰ੍ਹਾਂ ਲੇਟਿਆ ਨਹੀਂ ਹੈ। नीति से आप भला कर सकते हो, सेंटर अगर नजरअंदाज करता है तो आपकी क्या नीति है प्रोडक्टिविटी बढ़ाने के लिए, डाइवर्सिफिकेशन, वो पंजाब मॉडल की बात कर रहे हो आप, समझे नहीं, तुम दिल्ली मॉडल की बात करते हो। भाई तू 8 साल MPC तू